ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਇਸ ਲਈ ਅਸੀਂ ਮੌਜੂਦ ਹਾਂ ਸ਼ਹਿਰ ਜਲੰਧਰ ਦੇ ਵਿੱਚ, ਜਿੱਥੇ ਤੁਹਾਨੂੰ ਦੱਸ ਦਈਏ ਕਿ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਬਿਲਡਿੰਗ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਸ ਬਿਲਡਿੰਗ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਇਸ ਬਿਲਡਿੰਗ ਨੂੰ ਸ਼ਹਿਰ ਦੇ DC ਵਰਿੰਦਰ ਕੁਮਾਰ ਸ਼ਰਮਾ ਜੀ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਦੀ ਜਿਹੜੀ ਹੈ ਇੱਕ ਸੁਜੈਸ਼ਨ ਦਿੱਤੀ ਕਿ ਤੁਸੀਂ ਜੇਕਰ ਤੁਹਾਡੇ ਕੋਲ ਤੁਹਾਨੂੰ ਜ਼ਰੂਰਤ ਹੈਗੀ ਹੈ ਕਿ ਤੁਸੀਂ ਇਸ ਬਿਲਡਿੰਗ ਨੂੰ ਜਿਹੜਾ ਹੈ ਐਜ਼ ਐਨ ਆਈਸੋਲੇਸ਼ਨ ਵਾਰਡ ਯੂਜ਼ ਕਰ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ, ਇਸ ਬਿਲਡਿੰਗ ਦੇ ਮਾਲਕ ਨੇ ਸਾਬਕਾ MLA ਸਰਦਾਰ ਸਰਬਜੀਤ ਸਿੰਘ ਮੱਕੜ ਦੇ ਸਪੁੱਤਰ ਐਡਵੋਕੇਟ ਮਨਸਿਮਰਨ ਸਿੰਘ ਜੀ, ਜੋ ਕਿ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸ ਦੇਵਾਂ, ਇਸ ਬਿਲਡਿੰਗ ਦੇ ਨਾਲ ਨਾਲ ਇੱਕ ਹੋਰ ਬਿਲਡਿੰਗ ਜਿਹੜੀ ਹੈਗੀ ਉਹਨਾਂ ਨੇ DC ਵਰਿੰਦਰ ਕੁਮਾਰ ਸ਼ਰਮਾ ਜੀ ਨੂੰ ਜਿਹੜੀ ਹੈ ਸੁਜੈਸਟ ਕੀਤੀ ਹੈ ਕਿ ਉਹ ਉਸ ਬਿਲਡਿੰਗ ਨੂੰ ਆਈਸੋਲੇਸ਼ਨ ਵਾਰਡ ਲਈ ਯੂਜ਼ ਕਰ ਸਕਦੇ ਨੇ, ਜਿਹੜੀ ਕਿ ਆਦਮਪੁਰ ਦੇ ਵਿੱਚ ਹੈ ਅਤੇ ਸ਼ਹਿਰ ਦੇ ਵਿੱਚ ਜਿਹੜੀ ਬਿਲਡਿੰਗ ਹੈ ਉਹ ਇਹ ਬਿਲਡਿੰਗ ਹੈ। ਆਓ ਅਸੀਂ ਗੱਲ ਕਰ ਲੈਂਦੇ ਹਾਂ ਐਡਵੋਕੇਟ ਮਨਸਿਮਰਨ ਸਿੰਘ ਦੇ ਨਾਲ, ਜਿਨ੍ਹਾਂ ਨੇ ਇਸ ਬਿਲਡਿੰਗ ਦੀ ਜਿਹੜੀ ਸੁਜੈਸ਼ਨ ਹੈ ਉਹ ਸਾਡੇ ਸ਼ਹਿਰ ਦੇ DC ਵਰਿੰਦਰ ਕੁਮਾਰ ਸ਼ਰਮਾ ਜੀ ਨੂੰ ਦਿੱਤੀ ਹੈ ਕਿ ਉਹ ਇਸ ਨੂੰ ਆਈਸੋਲੇਸ਼ਨ ਵਾਰਡ 'ਚ ਯੂਜ਼ ਕਰ ਲੈਣ। ਐਡਵੋਕੇਟ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਤੁਹਾਨੂੰ ਕਿ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿੱਥੋਂ ਕਿ ਤੁਸੀਂ ਆਪਣੀ ਜਿਹੜੀਆਂ ਬਿਲਡਿੰਗਸ ਹੈਗੀਆਂ ਉਹ ਤੁਸੀਂ ਜਿਹੜੀ ਹੈ ਐਜ਼ ਐਨ ਆਈਸੋਲੇਸ਼ਨ ਵਾਰਡ ਯੂਸੇਜ ਲਈ ਦੇ ਸਕਦੇ ਹੋ? ਸਭ ਤੋਂ ਪਹਿਲਾਂ ਬਹੁਤ ਬਹੁਤ ਥੈਂਕ ਯੂ ਸਾਹਿਲ ਜੀ ਐਂਡ ਦੈਨਿਕ ਸਵੇਰਾ ਟੀਮ ਦਾ ਫੋਰ ਟਾਕਿੰਗ ਅਬਾਊਟ ਦਿਸ ਵੈਰੀ ਸੀਰੀਅਸ ਪੈਂਡੇਮਿਕ ਰਾਈਟ ਨਾਓ। ਬੜੀ ਹਾਲ ਦੀ ਘੜੀ 'ਚ ਇੰਪੋਰਟੈਂਟ ਇਸ਼ੂ ਹੈ, ਇਸ ਤੋਂ ਇਲਾਵਾ ਹੋਰ ਕੁਛ ਮੈਟਰ ਨਹੀਂ ਕਰ ਰਿਹਾ। ਵੈਲਿਡ ਕੁਐਸਚਨ ਕਿ ਆਈਡੀਆ ਕਿੱਥੋਂ ਆਇਆ? ਫੋਰਮੋਸਟ ਆਈਡੀਆ ਮੈਨੂੰ ਆਇਆ ਜੀ, ਆਈ ਕੀਪ ਮਾਈਸੈਲਫ ਵੈਰੀ ਇਨਫੋਰਮਡ, ਆਈ ਕੀਪ ਲੁਕਿੰਗ ਐਟ ਦ ਨਿਊਜ਼ ਐਂਡ ਚਾਈਨਾ ਦੇ ਵਿੱਚ ਆਈ ਵਾਜ਼ ਇੰਸਪਾਇਰਡ ਕਿ ਲੋਕਾਂ ਨੇ ਆਪਣੀ 5-star ਹੋਟਲਸ, ਆਪਣੀਆਂ ਪ੍ਰੋਪਰਟੀਜ਼, ਜੋ ਕੁਛ ਉਹ ਦੇ ਸਕਦੇ ਸੀ ਉਹਨੂੰ ਆਈਸੋਲੇਸ਼ਨ ਵਾਰਡ ਜਾਂ ਪ੍ਰੈਮਿਸਿਸ ਦੇ ਵਿੱਚ ਕਨਵਰਟ ਕਰ ਦਿੱਤਾ। ਹੋ ਸਕਦਾ ਇੰਡੀਆ ਦੀ ਵੀ ਫਿਊਚਰ ਪਲੈਨਿੰਗ ਇਹ ਹੋਵੇ, ਲੇਕਿਨ ਅਸੀਂ ਕਾਫੀ ਅਰਲੀ ਇਹ ਆਫਰ ਕਰ ਦਿੱਤੀ DC ਵਰਿੰਦਰ ਕੁਮਾਰ ਸ਼ਰਮਾ ਜੀ ਨੂੰ, ਡਿਪਟੀ ਕਮਿਸ਼ਨਰ ਸਾਹਿਬ ਨੂੰ ਫੋਨ ਕਰਕੇ ਨੋਟ ਵੀ ਕਰਾ ਦਿੱਤੀ, ਆਫਰ ਵੀ ਕਰ ਦਿੱਤੀ, ਲਿਸਟ ਵੀ ਕਰਾ ਦਿੱਤੀ, ਨਾਲੇ ਉਹਨਾਂ ਨੂੰ ਬਕਾਇਦਾ ਅਸੀਂ ਰਿਟਨ ਕੰਟੈਂਟ ਦੇ ਦਿੱਤਾ ਹੈ ਕਿ ਜੇ ਫਿਊਚਰ 'ਚ ਲੋੜ ਪੈਂਦੀ ਹੈ ਵੀ ਆਰ ਦੇਅਰ। ਸਿੰਸ ਜਲੰਧਰ ਡਿਸਟ੍ਰਿਕਟ ਦੇ ਵਿੱਚ ਸਿਰਫ 350 ਬੈਡਡ ਹੋਸਪਿਟਲ, ਜਿਹੜਾ ਡਿਸਟ੍ਰਿਕਟ ਹੋਸਪਿਟਲ ਜਿਹਨੂੰ ਆਪਾਂ ਕਹਿੰਦੇ, ਇਹਨਾਂ ਕੋਲ ਪ੍ਰੈਮਿਸਿਸ ਆ, 350 ਤੋਂ ਬਾਅਦ ਸੈਕਿੰਡ ਪੜਾਉ ਜੇ ਲੋੜ ਪੈਂਦੀ ਇਹਨਾਂ ਨੇ ਯੂਜ਼ ਕਰਨਾ ਡੀ ਐਡਿਕਸ਼ਨ ਸੈਂਟਰ ਨੂੰ, ਜਿਹਦੇ ਸਿਰਫ 50 ਮੋਰ ਬੈਡਸ ਨੇ। ਸੋ ਇੰਨੀ ਵੱਡੀ ਡਿਸਟ੍ਰਿਕਟ ਹੈ, ਇੰਨੀ ਜ਼ਿਆਦਾ ਆਬਾਦੀ ਹੈ, 400 ਬੈਡਡ ਦੇ ਨਾਲ ਮੈਂ ਕਹਿੰਦਾ ਫਟਾਫਟ ਵਾਇਰਸ ਚਲੇ ਜਾਏ, ਇਹ ਕਿਸੇ ਨੂੰ ਇਫੈਕਟ ਨਾ ਕਰੇ, ਕਿਸੇ ਦਾ ਜੀ ਬਿਮਾਰ ਹੋ ਕੇ ਹੋਸਪਿਟਲ ਨਾ ਪਹੁੰਚੇ। ਲੇਕਿਨ ਜੇ ਪਹੁੰਚਦੇ ਆ ਤਾਂ 400 ਬੈਡਸ ਵਿਲ ਨੋਟ ਬੀ ਇਨਫ, ਇਟ ਵਿਲ ਕ੍ਰੀਏਟ ਪੈਨਿਕ ਇਨ ਦੀ ਪਬਲਿਕ। ਉਹਦੇ ਉਹਨੂੰ ਮੱਦੇਨਜ਼ਰ ਰੱਖਦਾ ਮੈਂ ਆਪਦੀਆਂ 2 ਪ੍ਰੋਪਰਟੀਜ਼, ਜਿਹੜੀ ਕਿ ਪਹਿਲਾਂ ਆਦਮਪੁਰ ਦੇ ਵਿੱਚ ਮੇਰਾ ਸਕੂਲ ਆ, 3 acres ਦੇ ਵਿੱਚ ਉੱਥੇ ਸੈਪਰੇਟ ਬੈਡਰੂਮਸ ਨੇ, ਸੋਰੀ ਸੈਪਰੇਟ ਰੂਮਸ ਨੇ, ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਜਾਂ ਪ੍ਰੈਮਿਸਿਸ ਜਾਂ ਬੈਡਰੂਮਸ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ। ਕਿਉਂਕਿ ਪਹਿਲੀ ਹਦਾਇਤ ਕਰੋਨਾ ਵਾਇਰਸ ਦੀ ਪੇਸ਼ੈਂਟ ਦੀ ਇਹ ਕਹਿੰਦੀ ਹੈ ਕਿ ਉਹਨੂੰ ਕੋਸ਼ਿਸ਼ ਕਰੋ ਇੱਕ ਪੇਸ਼ੈਂਟ ਨੂੰ ਇੱਕ ਕਮਰੇ ਦੇ ਵਿੱਚ ਰੱਖਿਆ ਜਾਵੇ। ਜੇ ਇਨਫ ਸਪੇਸ ਨਹੀਂ ਹੈ ਤਾਂ ਪ੍ਰੋਪਰਲੀ ਸੈਪਰੇਟਡ ਬਾਇਫਰਕੇਟ ਕਰਕੇ ਉਹਨਾਂ ਨੂੰ ਪੇਸ਼ੈਂਟਸ ਨੂੰ ਰੱਖਿਆ ਜਾਵੇ। ਤਕਰੀਬਨ 10 ਪੇਸ਼ੈਂਟ ਦੇ ਵਿੱਚ 2000 square feet ਏਰੀਆ ਇਜ਼ ਸਫੀਸ਼ੈਂਟ ਏਰੀਆ, ਉਹਨੂੰ ਮੱਦੇਨਜ਼ਰ ਰੱਖਦੇ ਹਾਂ ਦੈਟ ਸਕੂਲ ਇਜ਼ ਸਪੇਸ਼ੀਅਸ ਇਨਫ। ਉਹਦੇ ਨਾਲ ਇੱਕ ਅਟੈਚ ਮੇਰੀ 5-bedroom ਕੋਠੀ ਹੈ। ਮੇਰੀ ਸੋਚ ਇਹ ਕਹਿੰਦੀ ਹੈ ਵੀ ਉਹਨੂੰ ਅਸੀਂ HDU ਬਣਾਵਾਂਗੇ, ਵਿਚ ਇਜ਼ ਹਾਈ ਡਿਪੈਂਡੈਂਸੀ ਯੂਨਿਟ। ਇੱਕ ਹਾਈ ਡਿਪੈਂਡੈਂਸੀ ਯੂਨਿਟ ਹੁੰਦਾ, ਇੱਕ ICU ਹੁੰਦਾ, ਇੰਟੈਂਸਿਵ ਕੇਅਰ ਯੂਨਿਟ। ਇੰਟੈਂਸਿਵ ਕੇਅਰ ਦੇ ਵਿੱਚ ਸੀਰੀਅਸ ਕੇਸਿਸ, ਹੌਟ ਕੇਸਿਸ ਜਿਹੜੇ ਹੁੰਦੇ ਆ ਉਹ ਜਾਣਗੇ, ਹਾਈ ਡਿਪੈਂਡੈਂਸੀ ਯੂਨਿਟ ਅਲੱਗ ਰੱਖਿਆ ਜਾਏਗਾ, ਦੋਨੋਂ ਸੈਪਰੇਟ ਸੈਗਰੀਗੇਟ ਰੱਖੇ ਜਾਣਗੇ ਤਾਂ ਕਿ ਇੱਕ ਦੂਜੇ ਨੂੰ ਇਫੈਕਟ ਨਾ ਦੇ ਸਕਣ। ਅਤੇ ਕਮਰਿਆਂ ਦੀ ਜਿਹੜੀ ਫਿਊਚਰ 'ਚ ਮੈਂ ਉਹਨੂੰ ਬਲੋਕ ਕਰਨ ਨੂੰ ਵੀ ਤਿਆਰ ਹਾਂ, ਮੇਰੀ ਅੱਗੋਂ ਲਿਸਟ 'ਤੇ ਹੈ, ਮੈਂ ਉਹਦੀ ਕਾਫੀ ਕੰਮ ਸ਼ੁਰੂ ਕਰਾ ਦਿੱਤਾ। ਅਲੱਗ ਸਟੈਥੋਸਕੋਪਸ ਮੈਂ ਰਿਜ਼ਰਵ ਰਖਾ ਲਿਆ ਕਿਸੇ ਮੈਡੀਕਲ ਵਾਲੇ ਦੇ ਕੋਲ ਕਿ ਹਰ ਇੱਕ ਪੇਸ਼ੈਂਟ ਨੂੰ ਇੱਕ ਇੱਕ ਡੈਡੀਕੇਟਡ ਸਟੈਥੋਸਕੋਪ ਲਾਇਆ ਜਾਵੇ ਤਾਂ ਕਿ ਕਿਸੇ ਨੂੰ ਕਿਸੇ ਦੀ ਬਿਮਾਰੀ ਨਾ ਫੈਲ ਸਕੇ। ਜੇ ਆਲਰੇਡੀ 2 ਇਫੈਕਟਿਡ ਪੇਸ਼ੈਂਟਸ ਨੇ, ਦੇ ਕੈਨ ਬੀ ਟ੍ਰੀਟਡ ਸੈਪਰੇਟਲੀ ਐਂਡ ਦੇ ਕੈਨ ਰਿਕਵਰ ਹੈਲਦੀਲੀ ਦੇਰ, ਇੱਕ ਦੂਜੇ ਦੇ ਨਾਲ ਉਹਨਾਂ ਦਾ ਕੰਟਰਾਡਿਕਸ਼ਨ ਨਾ ਹੋਵੇ ਕਿਸੇ ਗੱਲ ਦਾ। ਸਰ, ਇੱਕ ਚੀਜ਼ ਹੋਰ ਜੇ ਨੋਟਿਸ ਕਰਨ ਵਾਲੀ ਇਹ ਹੈ ਕਿ ਤੁਹਾਡੀ ਜਿੰਨੀ ਵੀ ਬਿਲਡਿੰਗਸ ਤੁਸੀਂ ਇਸ ਆਈਸੋਲੇਸ਼ਨ ਵਾਰਡ ਲਈ ਦੇ ਰਹੇ ਹੋ, ਸਾਰੀਆਂ ਕਮਰਸ਼ੀਅਲ ਬਿਲਡਿੰਗਸ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਕਮਰਸ਼ੀਅਲ ਬਿਲਡਿੰਗਸ ਦੇ ਉੱਤੇ ਜੇ ਤੁਸੀਂ ਆਈਸੋਲੇਸ਼ਨ ਵਾਰਡ ਹੁਣ ਦੀ ਘੜੀ ਬਣਾਉਂਦੇ ਹੋ ਤਾਂ ਉਹਦਾ ਡਰ ਜਿਹੜਾ ਪਬਲਿਕ ਨੂੰ ਕਿਤੇ ਨਾ ਕਿਤੇ ਇਨ ਫਿਊਚਰ ਵੀ ਸਤਾਏਗਾ, ਕਿਉਂਕਿ ਸਕੂਲ ਹੈ ਜਿਹੜਾ ਤੁਸੀਂ ਦੱਸ ਰਹੇ ਹੋ, ਉਹਦੇ ਵਿੱਚ ਬੱਚੇ ਪੜ੍ਹਦੇ, ਹਰ ਪੇਰੈਂਟ ਨੂੰ ਆਪਣੇ ਬੱਚੇ ਦਾ ਖਿਆਲ ਹੁੰਦਾ, ਤੁਹਾਨੂੰ ਨਹੀਂ ਲੱਗਦਾ ਇਹ ਤੁਹਾਨੂੰ ਇਨ ਫਿਊਚਰ ਜਿਹੜਾ ਹੈ ਕਿਸੇ ਲੌਸ ਦਾ ਕਾਰਨ ਵੀ ਬਣ ਸਕਦਾ? ਇਹ ਮੇਰਾ ਫੋਰਮੋਸਟ ਕੰਸਰਨ ਸੀ, ਤੁਸੀਂ ਬੜੀ ਮੁੱਦੇ ਦੀ ਗੱਲ ਕੀਤੀ ਹੈ। ਕਾਫੀ ਡਿਲੇਮਾ ਵਾਲੀ ਸਿਚੁਏਸ਼ਨ ਸੀ ਮੇਰੇ ਪਰਿਵਾਰ ਵਾਸਤੇ, ਇੱਕ ਅੱਧਾ ਦਿਨ ਅਸੀਂ ਇੱਥੇ ਕਾਫੀ ਸੋਚ ਵਿਚਾਰ ਕੀਤਾ, ਬਿਕੋਜ਼ ਸਮਵੇਅਰ ਆਈ ਐਮ ਪ੍ਰਿਪੇਅਰਡ
कि यदि मार मैं फ्यूचर पै सकती है, मोनिटरी लॉसिस हो सकते हैं, हो सकता है कि माहौल ठीक होने तो बाद भी लोगों के मन एक ह्यूमन साइकी है, उन्होंने मन च वहम रह जाए कि ये कोरोना वायरस वेले इंटेंसिव यूनिट्स होया करते, आइसोलेशन वार्ड होया करते, इतने कोई बीमारी का रिमेन्स हो सकता है। यस, मोनिटरी लॉसिस हो सकते हैं, फाइनैशियल नुकसान हो सकता है, लेकिन जे सब कुछ होंदे रब का दिता होया, इस औखी घड़ी दे विच किसे दे काम ना आ सकिया तो यदा की करांगे। जे इंसानियत रहेगी तो काम रहेंगे, काम फिर रब दे देगा, नो प्रॉब्लम। छोटे मोटे घटे कामां जोदा भी होंदे रहिंदे ने, जे लोकां दे लेखे लग जाएंगे तो मैं अपने आप नूं खुशकिस्मत समझांगा। जे इस बिल्डिंग के उत्ते मेरी महिंद्रा की कमर्शियल व्हीकल्स की एजेंसी है, दूजा मेरा एक रनिंग CBSE स्कूल है, हो सकता मैं कल मोनिटरी जानी मानी नुकसान झेलना पवे, उहदा नुकसान मैं हो सकता मोनिटरी फाइनैशियल लॉसिस, लेकिन आई एम रेडी टू सफर दैम। जो रब ने करवाना वो करवाना है, आई थिंक इट्स वर्थ इट। जे कुछ जाना बच जाए, जे किसी के लेख लग जाए, इट विल बी ऑल वर्थ इट। सर, मेरा तीसरा सवाल जिहड़ा है वो एक, क्योंकि तुहाडे फादर साहब भी साबका MLA रह चुके हुए हैं, उन्होंने पार्टी भी हले सत्ता दे विच नहीं है, बहुत सारे लोग अजिहे भी ने जिन्हां ने जिहड़े सत्ता दे विच भी ने, तो उन्हां दी भी इदां दी कमर्शियल या होर बिल्डिंग्स हैगियां ने, उन्होंने इस चीज़ की पहल नहीं की। तुसीं जिहड़ियां अपनियां बिल्डिंग्स जिहड़ियां है इस चीज़ लई ऑफर कर दित्तियां DC साहब नूं, क्यों? साहिल जी, फर्स्ट ऑफ ऑल आई वुड लाइक टू से दिस इज़ नॉट एट ऑल अ पोलीटिकल मैटर। मैं पॉलिटिक्स से तो दूर रखनी चाहना, ये सिर्फ नैतिक जिम्मेवारी, सिर्फ इंसानियत तौर पर असी कर रहे हैं। बिकॉज पोलीटिकल पार्टीज़ नू आप थोड़ी देर लई भुल जाइए, कीप दैम असाइड, मैं टोटली उन्हूं पासे रख रहा पोलीटिकल इशू नू, ये सिर्फ इंसानियत तौर पर साडा दिल सी साडे परिवार दा कि लोगों लई कुछ किया जाए। ये अच्छा मौका है लोगों की सेवा करन दा, पुन खट्टन दा, ये वोटां खातर नहीं है, ये पार्टी खातर नहीं है। यस, किते ना किते असी इस स्टैंप नहीं हट सकदी दैट वी बिलोंग टू अ पोलीटिकल फैमिली, साडे कोई पोलीटिकल पार्टी की बैकिंग है, उहदा नुकसान भी होना, उहदे वादे भी होने आ, लेकिन सत्ता च ना होने के बावजूद भी असी कोशिश कर रहे हैं लोगों की हैल्प कर सकी। साढ़े तो कोई प्रैशर नहीं है, सानू सोसाइटी चो कोई नहीं तंग कर रहा, साढ़े तो कोई ब्लेम नहीं आने, साढ़े तो कोई एक्सपेक्टेशन नहीं है, सिंस वी आर नॉट इन द गवर्नमेंट वी आर नॉट आंसरेबल। स्टिल नैतिक तौर पर साडा दिल करता सी कि असी लोगों वास्ते कुछ करिए। बहुत व्डे व्डे बहुत तनाड़ कांग्रेसी लीडर ने, बहुत तनाड़ होर पार्टीज़ के लीडर ने, मौजूदा सत्ता च बैठे ने, रूल कर रहे हैं, वड्डे वड्डे होटलों के, शॉपिंग मॉलों के, बिल्डिंगों के मालक ने, मेरे नालों 100 दर्जे ज़्यादा प्रॉपर्टियां के मालक ने, लेकिन मैनू नहीं समझ आ रही क्यों किसी के दिमाग से पहल नहीं आई, क्यों कोई नहीं करना चाह रहा। फिर भी मैं चाहूँगा, मैं अपने आप बहुत लक्की समझागा जे इंस्पायर होकर कोई एक लीडर किसी भी पार्टी तो हो, मैं किसी पॉइंट आउट नहीं करना चाहता, साडे ऑपोजिशन पॉइंट आउट नहीं करना चाहता, जे कोई भी अपनी प्रेमिसिज ऑफर कर दे, आई कंसिडर माई सैल्फ लकी कि किसी ने इंस्पायर होकर किसी तो कुछ सीखे। असी भी कांग्रेसी को बहुत कुछ सीखते हैं, आम आदमी पार्टी वाले को सीखना, चंगा हरेक तो सीखना चाहिए, बुरा जरूर निंदना चाहिए जे कोई गलत कर रहा। एको गल मेरे दिल में बार बार चुभती है कि कांग्रेस मैन कित्थे ने, वो क्यों नहीं बाहर आ रहे? ना तो असी करोना वायरस तो इम्यून हाँ, ना तुसी ज़्यादा उहदी लपेट चो, बराबर सानू स्प्रैड है, बराबर एरिया स्प्रैड है, सेम असी जिले च रहने, सेम हालातों रहने हैं, तुहानू किहड़ी चीज़ रोक के घर च बैठी है? असी सैनिटाइजेशन करा रहे हैं, असी लोगों की हैल्प कर रहे हैं, असी लंगर वंड रहे हैं, असी राशन वंड रहे हैं, तुसी आपदी जेब चो नहीं कर सकते, तुहानू तो सरकार पैकेट मुहैया करा रही है, जिते कैप्टन साहब ने टैक्सपेयर की मनी दे नाल आपदी फोटो लवाई है, तुसी ओही वंड दो, असी तुहाडे शुक्रगुजार रहांगे। दुनिया बड़ी परेशान है, लोड़वंद गरीब नू तुहाडी बहुत लोड़ है, बिलो पावर्टी लाइन जी आबादी वो परिवार भुखे सौंदे ने, कई बार दवाई तो बिना सौंदे ने, बिना इलाज तो सौंदे ने, तुहाडी उडीक कर रहे हैं, प्लीज़ साडा हाथ बटाओ, कट्ठे होकर असी लोगों की हैल्प करिए, ताकि खासकर जिहड़े वीकर तबका आ वो कट्ठा होकर उभर सके इस बीमारी तो, इनू फेस कर सके, तो करोना वायरस नाल निजिट के असी जित प्राप्त कर लीए। पॉलिटिक्स फिर करांगे, बड़ा समा मिलेगा आपनू एक दूजे दी ओपोजिशन करन दा। काइंडली कम आउट, हैल्प पीपल। एक चीज़ सर होर नोटिस की गई जी, रीसेंट तुम दैनिक सवेरा की टीम ना गलबात भी ताड़ी हुई सी, तुहाडा जिहड़ा परिवारिक एक होंदा ना कि बंदा अपनी परसनल इनकम लगांदा, तुसीं अपने परिवार की पूरे महीने की जिहड़ी इनकम है वो तुसीं इस काम दे विच लगा रहे हो, करोना की लड़ाई दे विच लगा रहे हो। एक सवाल सर सब तो वड्डा यह होंदा है कि चलो राशन या लंगर जिहड़ा है वो हर बंदा जिहड़ा वरता रहा है,
पर मेडिकल फैसिलिटीज़ जिहड़ियां ने हुण कई पासे बहुत सारे लोग अजिहे भी ने जिहड़े जे किसी नूं माइनर कोल्ड है या फीवर है उहदियां दवाइयां उह नहीं लैन पहुँच पा रहे, कई लोगों तक जिहड़े मास्क एंड सैनिटाइजर भी नहीं पहुँच पा रहे। हालांकि सरकार जिहड़ी है उसदे कदम चुक रही है कि जिहड़े लोगों तक जिहड़ा है हाँ जी उहदा एक उपराला हो चुका है शुरू, बट स्टिल हले भी बहुत सारे लोग अजिहे ने जिन्हां तक इह मेडिकल दीआं जिहड़ियां जरूरतमंद चीज़ां ने उह नहीं पहुँच पा रहीआं। तुसीं उहदे लई कुछ अगे स्टैप चक रहे हो? साहिल जी जिद्दां तुसीं पुछिआ, ਪਹਿਲਾਂ ਤਾਂ ਇਹ ਮੇਰੇ ਫਾਦਰ ਸਾਹਿਬ ਦਾ ਡਿਸੀਜਨ ਸੀ, ਸਰਦਾਰ ਸਰਬਜੀਤ ਸਿੰਘ ਮੱਕੜ ਦਾ, ਈਵਨ ਦੋ ਹੀ ਡਜ਼ਨਟ ਟੇਕ ਕੇਅਰ ਆਫ ਬਿਜ਼ਨਸਿਸ, ਬਿਜ਼ਨਸ ਅਸੀਂ ਚਲਾਉਂਦੇ ਹਾਂ ਸਾਰੇ, ਲੇਕਿਨ ਉਹਨਾਂ ਨੇ ਉੱਦਾਂ ਹੀ ਇੱਕ ਰਫ ਫਿਗਰ ਉਹਨਾਂ ਦੇ ਦਿਮਾਗ 'ਚ ਆਈ ਕਿ ਤੁਸੀਂ ਪੂਰੇ ਮਹੀਨੇ ਦੀ ਇੱਕ ਵਾਰੀ ਆਮਦਨ ਲਾ ਦਿਓ, ਗਾਂ ਫਿਰ ਦੇਖਾਂਗੇ। ਸਿਰਫ ਪਹਿਲਾ ਪੜਾਅ ਸੀ, ਰੱਬ ਕਰੇ ਇਹਦੇ 'ਚ ਹੀ ਭਲਾ ਹੋ ਜਾਏ, ਅਸੀਂ ਬਿਮਾਰੀ ਤੋਂ ਬਾਹਰ ਆ ਜਾਈਏ, ਲੇਕਿਨ ਜੇ ਲੋੜ ਪੈਂਦੀ ਹੈ ਸਾਡੇ ਫੰਡਸ ਅੱਗੇ ਵੀ ਅਵੇਲੇਬਲ ਨੇ, ਜਿੰਨੇ ਸਾਡੇ ਕੋਲ ਪੋਸੀਬਲ ਨੇ ਅਸੀਂ ਮੁਹੱਈਆ ਕਰਾਉਂਦੇ ਰਹਾਂਗੇ। ਲੋੜ ਪਏਗੀ ਤਾਂ ਮੇਰੇ ਕੋਲ ਬਹੁਤ ਵੀਰ ਸਾਥੀ ਰਿਸ਼ਤੇਦਾਰ NRI ਬਹੁਤ ਸਪੋਰਟ ਹੈ। ਹੁਣ ਤੱਕ ਰੱਬ ਨੇ ਚਾਹਿਆ ਤਾਂ ਕਿਸੇ ਦੀ ਲੋੜ ਨਾ ਪਵੇ, ਜੇ ਲੋੜ ਪੈਂਦੀ ਹੈ ਉਹਨਾਂ ਦੇ ਗੱਫੇ ਸਦਾ ਹੀ ਖੁੱਲ੍ਹੇ ਨੇ, ਦੇ ਹੈਵ ਬਿਨ ਵਿਦ ਅਸ, ਦੇ ਵਿਲ ਬੀ ਵਿਦ ਅਸ, ਦੇ ਆਰ ਇਨ, ਦੇ ਆਰ ਕਾਲਿੰਗ ਮੀ ਡੇਲੀ। ਬਹੁਤ ਸਾਰੇ ਲੋਕ ਮੈਨੂੰ ਰੋਜ਼ ਫੋਨ ਕਰ ਰਹੇ ਨੇ ਕਿ ਸਾਡਾ ਕਿਤੇ ਕੰਟਰੀਬਿਊਸ਼ਨ ਕਿਤੇ ਹਿੱਸਾ ਪਵਾਇਆ ਜਾਵੇ। ਮੈਂ ਉਸ ਗੱਲ ਤੋਂ ਗਰੇਜ਼ ਕਰ ਰਿਹਾ ਕਿਉਂਕਿ ਮੇਰੇ ਦਿਲ 'ਚ ਇੱਕ ਡਰ ਹੈ ਕਿ ਕਿਤੇ 2-3 ਮਹੀਨੇ ਨਾ ਇਹ ਲੋਕਡਾਊਨ ਚਲਾ ਜਾਏ, ਕਿਤੇ ਲੋੜਵੰਦ ਪਰਿਵਾਰਾਂ ਦੀ ਲੋੜ ਲੰਬੀ ਚੱਲਦੀ ਹੋ ਰਹਿਣੀ ਹੈ, ਉਦੋਂ ਮੈਂ ਉਹਨਾਂ ਦੀ ਹੈਲਪ ਮੰਗਾਂਗਾ ਹੱਥ ਜੋੜ ਕੇ, ਮੈਨੂੰ ਲੋੜ ਪੈਣੀ ਹੈ। ਹੋ ਸਕਦਾ ਮੇਰੀ ਵੀ ਸ਼ਾਰਟਕਮਿੰਗਸ ਹੋਣ, ਹੋ ਸਕਦਾ ਮੇਰੇ ਫਾਈਨੈਂਸਿਸ ਵੀ ਰਿਸੋਰਸਿਸ ਵੀ ਲਿਮਿਟਿਡ ਹੋ ਜਾਣ। ਸੈਕਿੰਡਲੀ, ਮੈਂ ਪ੍ਰੀਵੀਅਸ ਇੰਟਰਵਿਊ ਦੇ ਵਿੱਚ ਉਸ ਦਿਨ ਗੱਲ ਮੈਂਸ਼ਨ ਕੀਤੀ ਸੀ ਕਿ ਹਾਂਜੀ ਸੋ ਫਾਰ ਅਸੀਂ ਵੀ ਲੋਕਾਂ ਵਾਂਗੂ ਸਿਰਫ ਲੰਗਰ ਬਣਿਆ ਬਣਾਇਆ ਡਰਾਈ ਰਾਸ਼ਨ ਪੈਕੇਜਿਸ ਹੀ ਪ੍ਰੋਵਾਈਡ ਕਰਾ ਪਾ ਰਹੇ ਹਾਂ। ਰੋਜ਼ ਤਕਰੀਬਨ ਅਸੀਂ 500 ਤੋਂ 600 ਬੰਦੇ ਨੂੰ ਰੈਡੀ ਲੰਗਰ ਖਵਾਉਂਦੇ ਹਾਂ, ਅਤੇ 3,000 ਫੈਮਿਲੀ ਮੇਰੀ ਅੰਡਰ ਪ੍ਰਿਵਿਲੇਜ ਕਵਰ ਹੋ ਚੁੱਕੀ ਜਲੰਧਰ ਡਿਸਟ੍ਰਿਕਟ ਦੀ ਡਰਾਈ ਰਾਸ਼ਨ ਪੈਕੇਜਿਸ। ਇਸ ਵੀਕ ਦੇ ਵਿੱਚ ਮੈਂ ਉਸ ਦਿਨ ਮੈਂਸ਼ਨ ਕੀਤਾ ਸੀ ਬੇਸਿਕ ਦਵਾਈਆਂ, ਪੈਰਾਸੀਟਾਮੋਲ, ਕੋਲ ਦੀਆਂ ਦਵਾਈਆਂ ਜਾਂ ਕੋਈ ਪੇਨ ਕਿਲਰਸ, ਜਿਹੜੀ ਕਿ ਬੇਸਿਕ ਦਵਾ ਜਿਹੜੀ ਕਿ ਬਿਨਾਂ ਡਾਕਟਰਸ ਦੀ, ਜਿਹਨੂੰ ਕਹਿੰਦੇ ਆਪਾਂ ਓਵਰ ਦਾ ਕਾਊਂਟਰ ਮੈਡੀਸਨ, ਜੋ ਈਜ਼ੀਲੀ ਅਵੇਲੇਬਲ ਅਸੀਂ ਲੋਕਾਂ ਨੂੰ ਕਰਾ ਸਕਦੇ ਹਾਂ, ਤਾਂ ਕਿ ਛੋਟੀ ਮੋਟੀ ਗੱਲ 'ਤੇ ਉਹਨਾਂ ਨੂੰ ਹੋਸਪਿਟਲਾਂ 'ਚ ਨਾ ਭੱਜਣਾ ਪਵੇ, ਡਾਕਟਰ ਦੇ ਕੋਲ ਨਾ ਜਾਣਾ ਪਵੇ, ਓਵਰ ਦੀ ਸ਼ੈਲਫ ਮੈਡੀਸਨ ਲੈ ਕੇ ਉਹ ਆਪਣੇ ਆਪ ਹੀਲਾ ਕਰ ਸਕਣ, ਤਾਂ ਕਿ ਅਵੋਇਡ ਕਰਨ ਉਹ ਮੈਡੀਕਲ ਕੋਂਟੈਕਟ। ਇਸ ਟਾਈਮ ਹੋ ਸਕਦਾ ਉੱਥੇ ਕਿਸੇ ਬਿਮਾਰ ਦੇ ਕੋਂਟੈਕਟ 'ਚ ਆ ਜਾਣ, ਕਿਸੇ ਵਾਇਰਸ ਰਿਲੇਟਿਡ, ਕਿਸੇ ਵਾਇਰਸ ਇਫੈਕਟਡ ਬੰਦੇ ਦੇ ਕੋਂਟੈਕਟ ਦੇ ਵਿੱਚ ਆ ਜਾਣ, ਜਸਟ ਟੂ ਅਵੋਇਡ ਦੈਟ। ਹੁਣ ਅਸੀਂ ਨੈਕਸਟ ਪੜਾਅ ਉਹ ਤੈਅ ਕਰਾਂਗੇ, ਅਸੀਂ ਉਹਦੇ ਨਾਲ ਕੋਸ਼ਿਸ਼ ਕਰਾਂਗੇ ਸੈਨੀਟਾਈਜ਼ਰ ਛੋਟੀਆਂ ਸ਼ੀਸ਼ੀਆਂ, ਵੱਡੀਆਂ ਸ਼ਾਇਦ ਨਾਮ ਹੋਈਆਂ ਕਰਾ ਪਾਈਏ, ਬਿਕੋਜ਼ ਇਟਸ ਨੋਟ ਅਵੇਲੇਬਲ ਇਨ ਦੀ ਮਾਰਕੀਟ, ਛੋਟੀਆਂ ਸ਼ੀਸ਼ੀਆਂ ਸੈਨੀਟਾਈਜ਼ਰ ਦੀਆਂ, ਪੈਰਾਸੀਟਾਮੋਲਸ, ਕੋਲ ਦੀਆਂ ਦਵਾਈਆਂ ਅਤੇ ਪੇਨ ਕਿਲਰਸ ਅਸੀਂ ਲੋਕਾਂ ਨੂੰ ਮੁਹੱਈਆ ਕਰਾਵਾਂਗੇ। ਹਰ ਘਰ ਦੇ ਅਸੀਂ ਕਿੱਟਸ ਬਣਾ ਕੇ ਦੇ ਦੇਣੀਆਂ 2 ਜਾਂ 3 ਮੈਂਬਰਸ ਦੇ ਹਿਸਾਬ ਦੇ ਨਾਲ, ਤਾਂ ਕਿ ਉਹਨਾਂ ਨੂੰ ਅਗਲੇ 1 ਮਹੀਨੇ ਜਾਂ 2 ਮਹੀਨੇ ਦੇ ਵਿੱਚ ਕਿਤੇ ਬਾਹਰ ਜਾਣ ਦੀ ਲੋੜ ਨਾ ਪਵੇ। ਰੋਜ਼ ਮੈਂ ਦੇਖ ਰਿਹਾ ਲੋਕ ਫਾਰਮੇਸੀਜ਼ ਦੇ ਬਹਾਨੇ ਘਰੋਂ ਨਿਕਲ ਰਹੇ ਆ, ਰੋਜ਼ ਇਕੱਠ ਦੇ ਵਿੱਚ ਜਾ ਰਹੇ ਆ, ਰੋਜ਼ ਪਬਲਿਕ ਕੋਂਟੈਕਟ ਦੇ ਵਿੱਚ ਆ ਰਹੇ ਆ, 1-1 ਦਵਾਈ ਦੇ ਬਹਾਨੇ। ਮੈਂ ਚਾਹੁੰਦਾ ਵੀ ਉਹ ਅਵੋਇਡ ਹੋ ਸਕੇ ਜਾਂ ਐਟਲੀਸਟ ਮਿਨੀਮਾਈਜ਼ ਹੋ ਸਕੇ। ਬਹੁਤ ਧੰਨਵਾਦ ਸਰ, ਬਹੁਤ ਸਾਨੂੰ ਤੁਸੀਂ ਜਿਹੜੇ ਉਪਰਾਲੇ ਜਿਹੜੇ ਦੱਸੇ ਨੇ, ਉਹ ਉਮੀਦ ਹੈ ਜਿਹੜੇ ਸਾਡੇ ਦਰਸ਼ਕ ਇਸ ਇੰਟਰਵਿਊ ਨੂੰ ਦੇਖ ਰਹੇ ਹੋਣਗੇ ਉਹਨਾਂ ਤੱਕ ਇਹ ਚੀਜ਼ ਜ਼ਰੂਰ ਪਹੁੰਚੇਗੀ, ਅਤੇ ਸ਼ਾਇਦ ਇੰਸਪਾਇਰ ਹੋ ਕੇ ਜਿਹੜੇ ਨੇ ਉਹ ਆਪਣੇ ਵੀ ਜਿਹੜਾ ਆਪਣੇ ਬਿਲਡਿੰਗ ਜਾਂ ਹੋਰ ਜਿਹੜੀਆਂ ਚੀਜ਼ਾਂ ਜਿਹਦੇ 'ਚ ਲੋਕਾਂ ਦੀ ਮਦਦ ਦੀ ਲੋੜ ਹੈਗੀ ਹੈ ਉਹ ਅੱਗੇ ਹੱਥ ਵਧਾਉਣਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਸੋ ਇਹ ਸਨ ਸਾਡੇ ਨਾਲ ਐਡਵੋਕੇਟ ਮਨਸਿਮਰਨ ਸਿੰਘ ਮੱਕੜ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਆਪਣੀਆਂ ਬਿਲਡਿੰਗਸ ਦੇ ਨਾਲ ਨਾਲ ਜਿਹੜੀ ਬਿਲਡਿੰਗ ਹੈ ਉਹ ਵੀ ਉਹਨਾਂ ਨੇ ਸੁਜੈਸਟ ਕਰ ਦਿੱਤੀ ਹੈ, ਅਤੇ ਨਾਲ ਹੀ ਨਾਲ ਉਹ ਡਰਾਈ ਰਾਸ਼ਨ ਦੇ ਨਾਲ ਲੋਕਾਂ ਦੀ ਮਦਦ ਕਰ ਰਹੇ ਨੇ, ਅਤੇ ਨਾਲ ਹੀ ਨਾਲ ਜਿਹੜੀਆਂ ਰੋਜ਼ਮਰਾ ਦੀਆਂ ਦਵਾਈਆਂ ਹੁੰਦੀਆਂ ਨੇ, ਫਿਰ ਭਾਵੇਂ ਹੋਵੇ ਉਹ ਪੇਨ ਕਿਲਰ ਜਾਂ ਫਿਰ ਬੁਖਾਰ ਦੀ ਕੋਈ ਦਵਾਈ ਹੋਵੇ, ਉਹ ਵੀ ਜਿਹੜਾ ਹੈ ਉਹ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਹੈ ਉਹ ਸੇਵਾ ਹੈ ਉਹ ਇਸ ਨੂੰ ਨਿਭਾਉਂਦੇ ਰਹਿਣਗੇ। ਕੈਮਰਾ ਪਰਸਨ ਪਵਨ ਕਨੌਜੀਆ ਦੇ ਨਾਲ ਮੈਂ ਸਾਇਨ ਅਰੋੜਾ, ਦੈਨਿਕ ਸਵੇਰਾ TV ਜਲੰਧਰ ਤੋਂ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran Satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647 84374 94648।